ਐਗਜ਼ਾਮ ਦੇ ਕੇ ਆ ਰਹੇ ਹੋ ਸਰ? ਜੀ ਸਰ। ਹਾਊ ਵਾਸ ਦੀ ਵਧੀਆ ਸੀ ਜੀ। ਰਾਈਟਿੰਗ ਟਾਸਕ ਕੀ ਆਇਆ ਸੀਗਾ ਤੁਹਾਨੂੰ? ਸੋਲਵਿੰਗ এনवायरमेंटल ਇਸ਼ੂਸ। ਮਤਲਬ ਐਗਜ਼ੈਕਟ ਸਟੇਟਮੈਂਟ ਸ਼ੇਅਰ ਕਰ ਸਕਦੇ ਹੋ? ਨਹੀਂ ਜਲਦੀ ਹੁਣ ਐਗਜ਼ਾਮੀਨੇਸ਼ਨ ਹਾਲ ਚੋਂ ਬਾਹਰ ਨਿਕਲੇ। এনवायरमेंटल ਇਸ਼ੂਸ ਆਰ ਓਨਲੀ ਰਿਸਪੌਂਸਿਬਿਲਟੀ ਆਫ ਗਵਰਨਮੈਂਟ ਯਾ ਇੰਡੀਵਿਜੂਅਲ ਦੀ ਆ। ਔਨ ਵਨ ਇੰਟਰਨੈਸ਼ਨਲ ਪਰਸਨ ਓਕੇ ਰਾਦਰ ਦੈਨ ਈਚ ਨੇਸ਼ਨ। ਮਤਲਬ ਜਿਹੜੇ ਇੰਟਰਨੈਸ਼ਨਲ ਪ੍ਰੋਬਲਮਸ ਨੇ ਉਹ ਨੇਸ਼ਨਸ ਨੂੰ ਇੰਡੀਵਿਜੂਅਲੀ ਸੋਲਵ ਕਰਨਾ ਹੈ ਜਾਂ ਇੰਟਰਨੈਸ਼ਨਲੀ ਉਹਨਾਂ ਨੂੰ ਸੋਲਵ ਕਰਨਾ ਹੈ? ਨਹੀਂ, ਉਹਨਾਂ ਨੂੰ ਸਿਰਫ ਉਹਨੂੰ ਸੋਲਵ ਕਰਨ ਦੀ ਸਿਰਫ ਇੰਟਰਨੈਸ਼ਨਲ ਸਟੇਟ ਦੀ ਹੈਗੀ ਨਹੀਂ ਰਿਸਪੌਂਸਿਬਿਲਟੀ, ਬਾਕੀ ਨੈਸ਼ਨਲ ਦੀ ਵੀ ਹੈ। ਓਕੇ, ਵੈਰੀ ਨਾਈਸ। ਐਂਡ ਟਾਸਕ ਵਨ ਯਾ ਦਾ ਉਮੀਦ ਦੇ ਬਰਾਬਰ ਸੀਗਾ ਜਾਂ ਜ਼ਿਆਦਾ ਔਖਾ ਸੀ ਜਾਂ ਸੌਖਾ ਸੀ? ਰੀਡਿੰਗ ਪੈਸੇਜਸ ਯਾਦ ਨੇ, ਕਿਸੇ ਨੇ ਕਿਹਾ ਇੱਕ ਫਿਊਚਰ ਬਿਲਡਿੰਗਸ ਉੱਪਰ ਸੀਗਾ ਕੋਈ ਹੋਰ ਪੈਸੇਜ ਆ ਸੀਗਾ ਔਰ ਰਿਪੀਟ ਸੀਗਾ ਆਪਣੇ ਮਤਲਬ ਜੋ ਉਧਰ ਰਿਲੇਟਡ ਸੀਗਾ ਮਲੇਰੀਆ ਦੇ ਰਿਲੇਟਡ। ਮਲੇਰੀਆ ਰਿਲੇਟਡ ਦੂਸਰਾ ਰੀਡਿੰਗ ਪੈਸੇਜ ਸੀਗਾ ਤੇ ਤੀਸਰਾ ਪੈਸੇਜ ਸਰ ਯਾਦ ਨਹੀਂ। ਚਲੋ ਕੋਈ ਗੱਲ ਨਹੀਂ। ਟਾਸਕ 1 ਗ੍ਰਾਫ ਸੀਗਾ? ਨੋ ਸਰ, ਮੈਪ ਸੀਗਾ। ਮੈਪ ਆਇਆ ਸੀਗਾ। ਪ੍ਰੈਜ਼ੈਂਟ ਤੇ ਪਾਸਟ ਦਾ ਕੰਪੈਰੀਜ਼ਨ ਸੀਗਾ। ਠੀਕ ਹੈ। ਹਾਂਜੀ ਸਰ। ਤੇ ਐਂਡ ਵਾਟ ਅਬਾਊਟ ਟਾਸਕ 2? ਟਾਸਕ 2 ਸਰ ਉਹ ਕਹਿ ਰਹੇ ਸੀ ਵੀ ਇੱਕ ਆਰਗੇਨਾਈਜੇਸ਼ਨ ਦੀ ਰਿਸਪੌਂਸਿਬਿਲਟੀ ਆ ਸਰ এনवायरमेंट ਪ੍ਰੋਬਲਮ ਨੂੰ ਸੋਲਵ ਕਰਨਾ। ਓਕੇ। ਰਾਦਰ ਦੈਨ ਈਚ ਨੇਸ਼ਨ। ਵੈਰੀ ਗੁੱਡ। ਮਤਲਬ ਕਿ ਇੱਕ ਰਲ ਮਿਲ ਕੇ ਸਾਰੇ ਕੰਟਰੀਜ਼ ਇੱਕ ਆਰਗੇਨਾਈਜੇਸ਼ਨ ਬਣਾ ਲੈਣ ਤੇ ਉਹ ਕੰਮ ਵਧੀਆ ਲਿਖਿਆ ਗਿਆ। ਠੀਕ ਹੈ। ਥੋੜ੍ਹੇ ਕੰਪਲੀਕੇਟਡ ਐਸੇਜ਼ ਹੁੰਦੇ ਨੇ, ਅੱਛੀ ਵੋਕੈਬਲਰੀ ਚਾਹੀਦੀ ਹੁੰਦੀ ਆ। ਤੁਸੀਂ ਕਿੱਥੋਂ ਆਏ ਹੋ ਵੀਰ ਮੇਰਾ ਐਗਜ਼ਾਮ ਲੈਣ ਇੱਥੇ? ਓਕੇ, ਕਿੱਥੋਂ? ਬਰਨਾਲਾ ਤੋਂ। ਠੀਕ ਹੈ, ਹੋ ਗਿਆ ਐਗਜ਼ਾਮ, ਵਧੀਆ ਹੋ ਗਿਆ, ਹੈਪੀ ਨਾ? ਅਸੀਂ ਤੁਹਾਨੂੰ ਮਿਲੇ, ਅਸੀਂ ਤੁਹਾਡੇ ਫੋਲੋ ਕਰਦੇ ਹੁੰਦੇ ਆਗੇ ਕਿਊ ਕਾਰਡ ਸਾਰੇ ਦੇਖਿਆ ਕਰੋ, ਰਾਈਟਿੰਗ ਰੀਡਿੰਗ ਸਾਰੀਆਂ ਵੀਡੀਓਜ਼ ਹੈਗੀਆਂ ਨੇ। ਬਾਕੀ ਇੰਸਟੀਚਿਊਟ ਆਪਣਾ ਮੋਗਾ 'ਚ ਜਦੋਂ ਮਰਜ਼ੀ ਜੁਆਇਨ ਕਰ ਸਕਦੇ ਹੋ ਤੁਸੀਂ ਆਪਣੇ ਫਰੈਂਡਸ ਫੈਮਿਲੀ ਨੂੰ ਦੱਸੋ। ਹਾਊ ਵਾਸ ਦੀ ਐਗਜ਼ਾਮ? ਸੈਟੀਸਫਾਈਡ ਬਿਯੋਂਡ ਐਕਸਪੈਕਟੇਸ਼ਨ? ਵੇਅਰ ਆਰ ਯੂ ਫਰੋਮ? ਇਟ ਵਾਸ ਆਸਮ, ਵੀ ਆਰ ਫਰੋਮ ਜਲੰਧਰ। ਯੂ ਆਰ ਫਰੋਮ ਜਲੰਧਰ ਐਂਡ ਆਈ ਕੈਨ ਜਸਟ ਫੋਰ ਦੀ ਐਗਜ਼ਾਮ ਇਨ ਮੋਗਾ with the expectation that in Moga you get higher bands than other places. Yes. Okay, it's a myth here, yeah, reality ya. Eh apne comment section ch dassenge when I will share the result video. Oh, and I hope so. But yeah, do you remember the reading passages? Nahi, nahi yaad nahi. Yeah, inna chhidi kivi bhul jande ho? Matlab like, padhe hi nahi hai maine, sirf writing ode international koi construction building se upar koi passage se building a new future. First passage siga building a new future. Third siga images and places. Second nahi yaad. Second question malaria. Second one malaria. Yeah, exactly. Guys, any passage you find on the internet, share it with me and I'll come over the discussion video. And you said the task 2 was ke jehdi international problem le rahi ek environmental problem se jehdi ek international organization de ya government diyan honi chahidiyan. Exactly. Responsibility. Theek hai. Thank you very much. Okay. And writing booster che task already tonu milda, je agar tusi buy kita hoega to definitely ode vich hoega. Wish you all the very best guys. Okay, and this is very much all from Moga city about the review of the